ਮਾਮਲਾ ਮੈਨੂੰ ਮਾਰਨ ਦਾ ਮਾਮਲਾ ਬਣਾਇਆ ਜਦੋਂ ਵੀ ਉਹਨੇ ਮੈਨੂੰ ਮਾਰ ਦਿਆ ਹੁਣ ਵੀ ਉਹਨੇ ਕਿਹਾ ਵੀ ਆਏਗੀ ਤੈਨੂੰ ਕੁੱਟਾ ਮਾਰਾਂਗੇ ਉਹਨੂੰ ਨਹੀਂ ਸੀ ਪਤਾ ਵੀ ਮਹੱਲੇ ਵਾਲੇ ਵੀ ਨਾਲ ਆਉਣਗੇ ताजा मामला हुशियारपुर तो सामने आया जिथे कि एक बुजुर्ग औरत वालों अपने घर विच रखे किराएदारा ते आरोप लगाए गए ने कि उसके किराएदार उसनू काफी परेशान करते ने ते घर ते कब्जा करके बैठे ने ते कुछ समय पहला उन्होंने उसनू ही अपने घरों बाहर कढ़वा दिता सी ते उसके पति नू अगवा किया होया है ते उन्होंने मकान की रजिस्ट्री भी अपने नाम करवा ली है ते अज उसनू फसाउण लई किराएदारा ने घर विच रखे धार्मिक ग्रंथा नू अग लगा के उन्हां दी बेअदबी कीती है ताकि वह मकान खाली ना करवा सके। मकान दी मालकण निर्मल कौर दे गवांडियां ने इस मामले बारे बोलदे होए की कहा आओ सुनदे हां। मैनूं मारन दा मामला बनाया जदों वी उहने मैनूं मार दिया हुण वी उहने कहा वी आएगी तैनूं कुट्टा मारांगे उहनूं नहीं सी पता वी महल्ले वाले वी नाल आउणगे। किहने मारन दा रमा राणी ने उहदी मां ने दोनों जणियां इत्थे बैठे। रमा राणी तुहाडी की लगदी है? मेरी कुछ नहीं किराए ते रखी होई सीगी। अच्छा मारन की कोशिश की पहले सोचा भी कल्ली है जद इन्हें पिछो देखा फिर पिछो मतलब इन्हें फिर परे हट गई भी इन्हें मारा गई मेनू लगी मेरे वाल फड़ ले इन्हें ਇਹਦੇ ਬਾਰੇ ਤੁਸੀਂ ਪੁਲਿਸ ਕੰਪਲੇਂਟ ਕੀਤੀ ਕੋਈ? ਹਾਂਜੀ ਮੈਂ ਉਸੇ ਦਿਨ ਹੀ ਕਰ ਰਹੀ ਸੀ ਰਾਤ। ਅੱਛਾ ਮਾਮਲਾ ਦਰਜ ਹੈ ਇਹਦੇ ਬਾਰੇ? ਹਾਂਜੀ ਇਹਦੇ ਵਾਲਾ ਵੀ ਦਰਜ ਹੈਗਾ ਜੀ। ਗੈਸ ਖੁੱਲੀ ਛੱਡ ਗਈ ਹੈ ਰਸੋਈ 'ਚ ਆਟਾ ਗੁੰਦੀ ਛੱਡ ਗਈ ਹੋਈ ਹੈ ਤੁਹਾਨੂੰ ਪਤਾ ਚੱਲ ਗਿਆ ਵੀ ਅਸੀਂ ਆ ਰਹੇ ਹਾਂ ਤੇ ਉਧਰ ਆਪਣੇ ਸਾਰੇ ਗ੍ਰੰਥ ਜਲਾ ਗਈ ਹੋਈ ਹੈ ਸਾਰੇ ਗ੍ਰੰਥ ਉਧਰ ਵੀ ਜਲਦੇ ਪਏ ਨੇ ਪਤਾ ਨਹੀਂ ਕੀ ਸਾੜ ਗਈ ਹੈ ਸਾਰਾ ਕੰਮ। ਜਿਹੜੇ ਹਸਬੰਡ ਆ ਉਹਨਾਂ ਦਾ ਨਾਮ ਕ੍ਰਿਸ਼ਨ ਦੇਵ ਆ ਉਹਨਾਂ ਨੇ ਰਵਦਾਸ ਮਾਰੇ ਤੇ ਪੀਐਚਡੀ ਕੀਤੀ ਹੈ। ਠੀਕ ਹੈ ਉਹ ਸ਼ੋਧ ਕਰਦੇ ਆ ਗੁਰਬਾਣੀ ਦਾ ਇਸ ਕਰਕੇ ਉਹਨਾਂ ਨੇ ਇਹ ਨੌਲੇਜ ਵਾਸਤੇ ਆਪਣੇ ਲਈ ਅਲਮਾਰੀ ਭਰ ਕੇ ਰੱਖੀ ਹੋਈ ਸੀ। ਅੱਛਾ ਔਰ ਇਹ ਰਮਾ ਰਾਣੀ ਜਾਣ ਲੱਗੀ ਉਹ ਪੂਰੇ ਨੂੰ ਸਾਰੇ ਅੰਗ ਬਾਰੇ ਜਿਹੜੇ ਸਰੂਪ ਹੈ ਉਹਨਾਂ ਨੂੰ ਅਗਨੀ ਭੇਟ ਕਰ ਗਈ ਆ। ਇੱਕ ਆਹ ਨਾਲ ਵਾਲਾ ਪਲਾਟ ਜਿਹੜਾ ਉਹਨੇ ਜਾਲੀ ਰਜਿਸਟਰੀ ਕਰਾਈ ਆ ਇਹਦੇ ਵਿੱਚ ਵੀ ਘੱਟੋ ਘੱਟ 50 ਬੂਥੀਆਂ 'ਚ 50 ਗੁਟਕਾ ਸਾਹਿਬ ਨੂੰ ਅਗਨੀ ਭੇਟ ਕਰ ਦਿੱਤਾ ਨੇ। ਤੈਨੂੰ ਕੀ ਲੱਗਦਾ ਸਾਰੀ ਉਹਨਾਂ ਨੇ ਗੁਟਕਾ ਸਾਹਿਬ ਦੀ ਸਾਰੀ ਬੇਅਦਬੀ ਕੀਤੀ? ਬਹੁਤ ਜ਼ਿਆਦਾ ਬੇਅਦਬੀ ਬਾਜੀ, ਬਹੁਤ ਜ਼ਿਆਦਾ ਸਾਡਾ ਮਨ ਜਿਹੜਾ ਬਲੁੰਗੜਿਆ ਗਿਆ ਇਸ ਗੱਲ ਤੋਂ। ਗ੍ਰੰਥ ਸਾਰੇ ਉਧਰ ਪੁਲਿਸ ਨੇ ਕਿਰਾਏਦਾਰ ਰਮਾ ਰਾਣੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਆਰੋਪੀ ਔਰਤ ਰਮਾ ਰਾਣੀ ਫਰਾਰ ਹੋ ਗਈ ਹੈ। ਰੂਪਨਗਰ ਦਾ ਕੱਲ ਝਗੜਾ ਹੋਇਆ ਸੀਗਾ ਉਹ ਕੀ ਹੈਗਾ ਸਾਰਾ ਮਾਮਲਾ? ਉੱਥੇ ਇੱਕ ਫੋਨ ਆਇਆ ਸੀ ਸਾਨੂੰ ਕਿ ਉੱਥੇ ਕਿਤਾਬਾਂ ਨੂੰ ਜਿਹੜਾ ਅੱਗ ਲੱਗੀ ਆ ਅਸੀਂ ਮੌਕੇ 'ਤੇ ਗਏ ਸੀ ਅਤੇ ਜਿਹਦੇ ਵਿੱਚ ਦੇਖਿਆ ਗਿਆ ਵੀ ਧਾਰਮਿਕ ਕਿਤਾਬਾਂ ਸੀ ਜਿਨ੍ਹਾਂ ਨੂੰ ਅੱਗ ਲੱਗੀ ਹੋਈ ਛੜੀਆਂ ਹੋਈਆਂ ਸੀ ਵਿੱਚੋਂ ਕੁਝ ਇੱਕ ਕਿਤਾਬਾਂ ਜਿਹੜੀਆਂ ਥੋੜ੍ਹੀਆਂ ਵੱਜੀਆਂ ਹੋਈਆਂ ਸੀ ਜਿਹਨਾਂ ਉੱਤੇ ਧਾਰਮਿਕ ਫੋਟੋਆਂ ਸੀਗੀਆਂ ਉਹਦੇ ਸੰਬੰਧ ਵਿੱਚ ਗਰੀਬ ਮਦਈ ਨਿਰਮਲਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕਰ ਬਿਆਨ ਦਰਜ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਘਰਦਿਆਂ ਕਿਉਂਕਿ ਉਸ ਵਿੱਚ ਦੋਨਾਂ ਪਾਰਟੀਆਂ ਦੀ ਜਿਹੜੀ ਪ੍ਰਾਪਰਟੀ ਦਾ ਵੀ ਡਿਸਪਿਊਟ ਚੱਲਦਾ ਸੀ ਅਤੇ ਸ਼ਿਕਾਇਤ ਉਹਨਾਂ ਇਹ ਰਮਾ ਰਾਣੀ ਨੇ ਜਿਹੜੀ ਆ ਉਹਨਾਂ ਕਿਤਾਬਾਂ ਨੂੰ ਅੱਗ ਲਾਈ ਹੈ ਉਹਦੇ ਮੁਤਾਬਕ ਪਰਚਾ ਦਰਜ ਕਰਕੇ ਬਿਆਨਾਂ ਦੇ ਆਧਾਰ ਦੇ ਉੱਤੇ ਅਤੇ ਤਫਤੀਸ਼ ਜਾਰੀ ਹੈ ਅਤੇ ਘਰ 'ਤੇ ਜਾਈ ਕਰਦੇ ਨਹੀਂ ਰਮਾ ਦੇ ਕਾਫੀ ਚਿਰ ਤੋਂ 2-3 ਸਾਲ ਤੋਂ ਉੱਥੇ ਰਹਿ ਰਹੀ ਆ ਉਹ ਘਰ ਦੇ ਵਿੱਚ ਕਿਰਾਏਦਾਰ ਨੇ ਜਿਹੜੀ ਕਿਰਾਏਦਾਰ ਵੈਸੇ ਪਹਿਲਾਂ ਕਿਰਾਏ 'ਤੇ ਸੀ ਹੁਣ ਉਹ ਕਿਰਾਏਦਾਰ ਦੇ ਤੌਰ 'ਤੇ ਨਹੀਂ ਰਹਿ ਰਹੀ ਹੁਣ ਤਾਂ ਉਹਨਾਂ ਨਾਲ ਰਿਲੇਸ਼ਨ ਦੇ ਵਿੱਚ ਹੀ ਆ ਉੱਥੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਜ਼ੁਰਗ ਪਤੀ ਪਤਨੀ ਵੱਲੋਂ ਰਮਾ ਰਾਣੀ 'ਤੇ ਤਰਸ ਖਾ ਕੇ ਉਸਨੂੰ ਕਿਰਾਏ 'ਤੇ ਮਕਾਨ ਦਿੱਤਾ ਗਿਆ ਸੀ ਪਰ ਹੁਣ ਮਕਾਨ ਦੀ ਮਾਲਕਣ ਨਿਰਮਲ ਕੌਰ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਤੇ ਪੁਲਿਸ ਨੇ ਜਾਂਚ ਦਾ ਹਵਾਲਾ ਦੇ ਕੇ ਘਰ ਨੂੰ ਤਾਲਾ ਲਗਾ ਦਿੱਤਾ ਹੈ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ।
तो मेरे बाल जड़े गंजपन पैना शुरू हो गया से वो दोबारा आने लग गए। तो मैनू तो बड़ा फायदा दिता इसने। जे तुहानू भी किसी इस तरह की प्रॉब्लम का सामना कर रहे हो तो यह तेल लाना ना भुलो। कितना कि असी अपने बालों करके शर्म फील करते हैं कि सोसाइटी बैठे हैं कि कोई मजाक ना कर रहा है, पर थैंक्स टू फ्री लीव जिन्हें मेरा एक कॉन्फिडेंस बिल्ड किया, जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया। तो मैं सर्वाइकल की भी दिक्कत सी तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।